ਆਹੀ ਦਿਨ ਹੁੰਦੇ ਤੇ ਅੱਜ ਕਣਾ ਅੱਜ ਸਾਉਣ ਮਹੀਨਾ ਚੜਿਆ ਨਾ ਸੰਗਰਾਂਦ ਅੱਜ ਆਹੀ ਦਿਨਾਂ ਦੇ ਵਿੱਚ ਆ ਕੇ ਪੱਕਦੇ ਤੇ ਫਲ ਇਹ ਫਲ ਨਾ ਇਹ ਖਜੂਰਾਂ ਨੂੰ ਬਹੁਤ ਦਿਨਾਂ ਬਾਅਦ ਲੱਗੇ ਆ ਕਿਉਂਕਿ ਪਹਿਲਾਂ ਨਾ ਇਹਦੇ ਵਿੱਚੋਂ ਤਾੜੀ ਕੱਢ ਕੇ ਲੈ ਗਏ ਆ ਠੇਕੇ ਪਰ ਚੜ ਗਈਆਂ ਤੀਆਂ ਇਹ ਖਜੂਰਾਂ ਸਾਰੀਆਂ ਇਹਦੇ ਵਿੱਚੋਂ ਤਾੜੀ ਕੱਢ ਲਿੱਤੀ ਗਈ ਤੀ ਜਿੰਨੀਆਂ ਵੀ ਸਾਡੇ ਇੱਧਰ ਪਿਛਲੇ ਪਾਸੇ ਨਾ ਸਾਡੇ ਆ ਸਾਰਾ ਜੰਗਲ ਆ ਪਿਛਲੇ ਪਾਸੇ ਆ ਦੇਖੋ ਜਿੰਨਾ ਵੀ ਹੈਗਾ ਇਹਦੇ ਵਿੱਚੋਂ ਨਾ ਪਹਿਲਾਂ ਇਹਨਾਂ ਨੇ ਜੰਗਲਾਤ ਵਾਲਿਆਂ ਨੇ ਇਹ ਜਿੰਨੀਆਂ ਵੀ ਖਜੂਰਾਂ ਦੇ ਪੇੜ ਹੈਗੇ ਆ ਇਹ ਠੇਕੇ ਪਰ ਦੇਤੇ ਤੇ ਕੁਛ ਗੁਜਰਾਂ ਨੂੰ ਦੇਤੇ ਤੇ ਅਤੇ ਕੁਛ ਜਿਹੜੇ ਤਾੜੀ ਕੱਢਣ ਵਾਲੇ ਹੁੰਦੇ ਆ ਇਹਦਾ ਗੁੜ ਬਣਾਉਂਦੇ ਆ ਤਾੜੀ ਕੱਢਦੇ ਆ ਹੋਰ ਪਤਾ ਨਹੀਂ ਕਿਆ ਕਿਆ ਬਣਦਾ ਏ ਇਹ ਉਹਨਾਂ ਨੂੰ ਦੇਤੇ ਤੇ ਪਰ ਹੁਣ 2-3 ਸਾਲ ਤੇ ਤਾੜੀ ਨਹੀਂ ਇਹਦੀ ਨਿਕਲੀ ਕਿਸੇ ਨੂੰ ਠੇਕੇ ਪਰ ਨਹੀਂ ਦਿੱਤੀ ਤਾਂ ਹੁਣ ਦੁਬਾਰਾ ਇਹਨੂੰ ਫਲ ਆਇਆ ਘੱਟੋ ਘੱਟ 3-4 ਸਾਲ ਬਾਅਦ 5 ਸਾਲ ਬਾਅਦ ਦੁਬਾਰਾ ਖਜੂਰਾਂ ਨੂੰ ਫਲ ਆਇਆ ਆਹ ਦੇਖੋ ਮੇਰੇ ਪਿੱਛੇ ਤੁਸੀਂ ਖਜੂਰ ਦੇਖ ਰਹੇ ਆ ਨਾ ਇਹਨੂੰ ਫਲ ਆਇਆ ਹੋਇਆ ਭਰੀ ਹੋਈ ਆ ਬਾਈ ਦੇਖੋ ਅੱਜ ਬਚਪਨ ਯਾਦ ਆ ਗਿਆ ਨਹੀਂ ਸਾਡਾ ਸਕੂਲ ਤੋਂ ਬਾਅਦ ਜਿਹੜਾ ਸਿਖਰ ਦੁਪਹਿਰਾ ਹੁੰਦਾ ਤਾ ਨਾ ਉਰੀ ਲੰਘਦਾ ਹੁੰਦਾ ਤਾ ਆਹ ਦੇਖੋ ਤੁਹਾਨੂੰ ਪਿੱਛੇ ਦੇਖਿਓ ਆਹ ਦੇਖੋ ਜੀ ਮੈਂ ਤੁਹਾਨੂੰ ਦਿਖਾਉਂਦਾ ਸਾਰਾ ਦੇਖੋ ਬਾਈ ਹੈ ਨਾ ਨਜ਼ਾਰਾ ਇਹ ਆ ਸਾਡੇ ਪਿੰਡਾਂ ਦਾ ਨਜ਼ਾਰਾ ਬਾਈ ਕਿਆ ਰੀਸ ਕਰ ਲੂਗਾ ਸ਼ਹਿਰ ਸਾਡੇ ਪਿੰਡ ਦੀ ਤੁਹਾਡੇ ਕੋਲ ਸ਼ਹਿਰਾਂ ਦੇ ਵਿੱਚ ਜੇ ਖਜੂਰ ਪਹੁੰਚਣੀ ਵੀ ਆ ਚੌਥੇ 5ਵੇਂ ਦਿਨ ਜਾ ਕੇ ਕਿਤੇ ਪਹੁੰਚਣੀ ਆ ਉਹ ਵੀ ਪਤਾ ਨਹੀਂ ਆ ਦਵਾਈਆਂ ਦਵਾਈਆਂ ਲਾ ਕੇ ਇਹ ਓਰੀਜਨਲ ਫਲ ਆ ਜੇ ਅੱਜ ਮੀਂਹ ਪੈ ਗਿਆ ਤਾਂ ਇਹਨਾਂ ਨੇ ਕੱਲ੍ਹ ਜਾਂ ਪਰਸੋਂ ਨੂੰ ਪੱਕ ਜਾਣਾ ਹੈ ਜਿੰਨੀਆਂ ਮਰਜ਼ੀ ਆ ਕੇ ਖਾ ਲਿਓ ਬਾਈ ਇਹ ਰੋਪੜ ਰੋਡ 'ਤੇ ਲੱਗੀਆਂ ਹੋਈਆਂ ਵੇਲੇ ਆਹ ਦੇਖੋ ਜੀ ਦੇਖੋ ਹੈ ਨਾ ਇਹ ਆ ਓਰੀਜਨਲ ਦੇਖੋ ਕੋਈ ਮਿਲਾਵਟ ਨਹੀਂ ਕੋਈ ਕੁਛ ਨਹੀਂ ਕੋਈ ਇਹਨੂੰ ਪਾਣੀ ਨਹੀਂ ਦਿੰਦਾ ਇਹ ਬਸ ਕੁਦਰਤ ਆ ਜਿਹੜਾ ਕੁਦਰਤ ਨੇ ਇਹਨੂੰ ਪਾਣੀ ਦੇਤਾ ਕੁਦਰਤ ਨਹੀਂ ਇਹਨੂੰ ਫਲ ਦੇਣਾ ਕੋਈ ਇਹਨੂੰ ਸਪਰੇਅ ਨਹੀਂ ਆ ਕੋਈ ਇਹਦੀ ਕੇਅਰ ਕਰਨ ਵਾਲਾ ਨਹੀਂ ਹੈਗਾ ਬਸ ਕੁਦਰਤ ਆ ਕੁਦਰਤ ਨਹੀਂ ਜੋ ਕੁਛ ਕੀਤਾ ਇਹਨੂੰ ਕੁਦਰਤ ਨਹੀਂ ਕੀਤਾ ਦੇਖੋ ਜੀ ਇੱਧਰ ਆ ਸਾਰੇ ਜੰਗਲ ਦੇ ਵਿੱਚ ਉਹ ਦੇਖੋ ਇੱਕ ਉਹ ਲੱਗੀ ਹੋਈ ਆ ਉਹ ਦੇਖੋ ਦੇਖੋ ਸਾਹਮਣੇ ਸਾਹਮਣੇ ਦੇਖੋ ਹੈ ਨਾ ਗੱਲਬਾਤ ਇਹ ਆ ਬਾਈ ਵੀਡੀਓ ਸ਼ੇਅਰ ਕਰ ਦਿਓ ਬਾਈ ਅਤੇ ਜੇ ਖਜੂਰਾ ਖਾਣੀ ਆ ਤਾਂ ਵੇਲੇ ਨੂੰ ਆ ਜਿਓ